ਪ੍ਰਾਇਮੇਸ਼ੀਆ ਟੀਵੀ ਦੇਖ ਰਹੇ ਤੁਸੀਂ ਕੈਨੇਡਾ ਵਿੱਚ ਵੱਡੀਆਂ ਬੈਂਕਾਂ ਦੇ ਸੀਈਓਜ਼ ਦਾ ਕਹਿਣਾ ਕਿ ਵੱਧੀਆਂ ਵਿਆਜ ਦਰਾਂ ਕਾਰਨ ਹਜ਼ਾਰਾਂ ਕੈਨੇਡੀਅਨ ਮਾਰਗੇਜ ਪੇਮੈਂਟ ਤੋਂ ਡਿਫਾਲਟ ਹੋ ਸਕਦੇ ਨੇ ਕੈਨੇਡਾ ਦੇ ਵੱਡੇ ਬੈਂਕਾਂ ਦੇ ਸੀਈਓਜ਼ ਨੇ ਇਹ ਵੀ ਕਿਹਾ ਕਿ ਡਿਫਾਲਟ ਕਸਟਮਰਸ ਦੀ ਭਾਵੇਂ ਸਿਰਫ ਇੱਕ ਛੋਟੀ ਪ੍ਰਤੀਸ਼ਤਤਾ ਦਾ ਹਿੱਸਾ ਹੈ ਪਰ ਹੋਰ ਮਾਰਗੇਜ ਧਾਰਕਾਂ ਨੂੰ ਵੀ ਆਪਣੇ ਖਰਚਿਆਂ ਨੂੰ ਅਨੁਕੂਲ ਕਰਨਾ ਹੋਵੇਗਾ ਸਕੋਸ਼ੀਆ ਬੈਂਕ ਦੇ ਆਉਣ ਵਾਲੇ ਸੀਈਓਜ਼ ਨੇ ਕਿਹਾ ਕਿ ਬੈਂਕ ਦੇ ਲਗਭਗ 20000 ਕਸਟਮਰ ਕਮਜ਼ੋਰ ਹੋ ਸਕਦੇ ਨੇ ਜੋ ਮਾਰਗੇਜ ਤੋਂ ਡਿਫਾਲਟ ਹੋ ਸਕਦੇ ਨੇ ਜੋ ਕਿ ਬੈਂਕ ਦੇ ਮਾਰਗੇਜ ਗਾਹਕਾਂ ਦੇ ਲਗਭਗ 2.5% ਹੈ ਕੈਨੇਡਾ ਦੇ ਕਈ ਹੋਰ ਵੱਡੇ ਬੈਂਕਾਂ ਦੇ ਸੀਈਓਜ਼ ਨੇ ਵੀ ਕਿਹਾ ਕਿ ਉਹਨਾਂ ਦੇ ਕਰਜ਼ਾਦਾਰਾਂ ਦੀ ਛੋਟੀ ਪ੍ਰਤੀਸ਼ਤਾ ਹਾਲੇ ਖਤਰੇ ਵਿੱਚ ਹੈ ਹਜ਼ਾਰਾਂ ਕੈਨੇਡੀਅਨ ਪ੍ਰਭਾਵਿਤ ਹੋ ਸਕਦੇ ਨੇ ਜ਼ਿਕਰਯੋਗ ਹੈ ਕਿ ਇੰਟਰਸਟ ਰੇਟ ਚ ਸੱਤਵੀਂ ਵਾਰ ਵਾਦਾ ਹੋ ਚੁੱਕਿਆ ਹੋਰ ਹੋ ਸਕਦਾ ਤੇ ਪ੍ਰਾਪਰਟੀ ਟੈਕਸ ਵੀ ਟੋਰਾਂਟੋ ਚ 5.5% ਤੇ ਪੀਲ ਚ 2.8% ਤੱਕ ਹੋ ਚੁੱਕੇ ਨੇ ਖਰਚੇ ਕੰਟਰੋਲ ਕਰਕੇ ਬਜਟ ਬਣਾਉਣਾ ਜ਼ਰੂਰੀ ਹੈ ਤਾਂ ਕਿ ਮਾਰਗੇਜ ਡੀਫਾਲਟ ਹੋਣ ਤੋਂ ਬਚਿਆ ਜਾ ਸਕੇ ਵਧੇਰੇ ਜਾਣਕਾਰੀ ਲਈ ਦੇਖਦੇ ਰਹਨਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ